ਪੰਜਾਬ ਦੇ ਵਿੱਚ ਕਿੰਨਾ ਝੋਨਾ ਲਾ ਰਹੇ ਹਾਂ, ਝੋਨੇ ਨੂੰ ਕਿੰਨਾ ਪਾਣੀ ਚਾਹੀਦਾ, ਝੋਨਾ ਤਿਆਰ ਹੋ ਕੇ ਰਾਈਸ ਜਿਹੜਾ ਬਾਹਰ ਐਕਸਪੋਰਟ ਹੁੰਦਾ, ਰਾਈਸ ਦੀ ਕੋਸਟ ਆਉਂਦੀ ਹੈ, ਪਾਣੀ ਦੀ ਕੋਸਟ ਕਦੀ ਕਿਸੇ ਨੇ ਸੋਚੀ ਨਹੀਂ ਹੈ। ਸੋ ਆਪਾਂ ਅਨਇੰਟੈਂਸ਼ਨਲੀ ਕਹਿ ਰਹੀਏ ਜਾਂ ਸਾਡਾ ਸਾਰਾ ਪੰਜਾਬ ਦਾ ਪਾਣੀ ਬਾਹਰ ਜਾ ਚੁੱਕਾ। ਔਰ ਇਹ ਮੇਰੇ ਖਿਆਲ 'ਚ ਬਹੁਤ ਅੱਛਾ ਇਨੀਸ਼ੀਏਟਿਵ ਹੈ ਈਕੋਸੈਕ ਦਾ। ਇਹ ਮਿਲੇਟਸ ਤੁਸੀਂ ਦੇਖ ਸਕਦੇ ਹੋ, ਇਹ ਸਾਰੀਆਂ ਦੁਬਾਰਾ ਰੀਇੰਟਰੋਡਿਊਸ ਕਰ ਰਹੇ ਹੈਗੇ ਆ ਕਿ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਦੁਬਾਰਾ ਪੰਜਾਬ ਦੇ ਵਿੱਚ ਗਰੋ ਕਰੀਏ। ਇਹਨਾਂ ਦੀ ਬਹੁਤ ਅੱਛੀ ਸਾਨੂੰ ਇੱਥੇ ਰਿਸਪੋਂਸ ਮਿਲਿਆ, ਬਹੁਤ ਅੱਛੀ ਡਿਮਾਂਡ ਹੈ, ਔਰ ਸਾਰੀਆਂ ਬਹੁਤ ਜ਼ਿਆਦਾ ਨਿਊਟ੍ਰੀਸ਼ਨ ਵੈਲਿਊ ਰੱਖਦੀਆਂ ਵੀਟ ਅਤੇ ਰਾਈਸ ਤੋਂ ਜ਼ਿਆਦਾ, ਔਰ ਇਹਨਾਂ ਨੂੰ ਪਾਣੀ ਬਹੁਤ ਨਾ ਮਾਤਰ ਚਾਹੀਦਾ। ਮੇਨ ਜਿਹੜੀ ਹੈ ਕਿ ਅੱਜ ਆਪਾਂ ਇਹ ਸਾਇੰਸ ਵੀ ਕਹਿੰਦੀ ਹੈ ਕਿ ਇਹ ਜਿਹੜੀ ਖੁਰਾਕ ਹੈ ਬੈਸਟ ਖੁਰਾਕ ਹੈ, ਚਾਹੇ ਉਹ ਬਾਜਰਾ ਹੈ, ਚਾਹੇ ਉਹ ਮੱਕੀ ਹੈ, ਚਾਹੇ ਉਹ ਰਾਗੀ ਹੈ, ਇਹਨਾਂ ਦੀਆਂ ਜਿਹੜੀਆਂ ਬੜੀਆਂ ਚੀਜ਼ਾਂ ਇਹਨਾਂ ਨੇ ਅੱਜ ਖਿਚੜੀ ਦੇ ਰੂਪ ਵਿੱਚ ਦਿੱਤੀਆਂ, ਲੱਡੂਆਂ ਦੇ ਰੂਪ ਵਿੱਚ ਸੰਗਤ ਬਹੁਤ ਉਹਦਾ ਆਨੰਦ ਮਾਣ ਰਹੀ ਹੈ। Perspective of my degree also, it is actually promoting you the good health that a person needs. It is actual dietary fiber, it lowers the cholesterol, it helps in any of the disease condition. There is no hard and fast rule that you can eat in one condition and you can't eat in the other condition. There's nothing like that. They are less in carbohydrates, rich in proteins, amino acid, iron, calcium, ਉਹਨਾਂ 'ਚ ਬਹੁਤ ਜ਼ਿਆਦਾ ਹੈ, ਅਤੇ ਉਹ ਅਸੀਂ ਮਲਟੀਗ੍ਰੇਨ ਕਰਕੇ ਵੀ ਅਸੀਂ ਆਪਣੇ ਆਟੇ 'ਚ ਉਹਦੀ ਵਰਤੋਂ ਕਰ ਸਕਦੇ ਹਾਂ। ਅਤੇ ਸਾਡੀ ਸੰਗਤਾਂ ਨੂੰ ਇਹੀ ਅਪੀਲ ਸੀ ਕਿ ਵੱਧ ਤੋਂ ਵੱਧ ਅਸੀਂ ਇਹਨੂੰ ਇੰਟਰੋਡਿਊਸ ਕਰੀਏ ਆਪਣੇ ਫੂਡ 'ਚ, ਤਾਂ ਕਿ ਸਾਨੂੰ ਬਿਮਾਰੀਆਂ ਤੋਂ ਇਹ ਬਚਾ ਸਕਣ, ਅਤੇ ਆਪਣੇ ਬੱਚਿਆਂ ਨੂੰ ਜੇ ਅਸੀਂ ਸ਼ੁਰੂ ਤੋਂ ਇਹਨਾਂ ਦੀ ਆਦਤ ਪਾਵਾਂਗੇ ਤਾਂ ਉਹ ਜ਼ਰੂਰ ਇਹਨਾਂ ਨੂੰ ਆਪਣੀ ਉਹਨਾਂ ਦੀ ਲਾਈਫ 'ਚ ਇੱਕ ਰੂਟੀਨ ਬਣ ਜਾਏਗਾ। ਅੱਜ ਤੁਹਾਡੇ ਥਰੂ ਮੈਨੂੰ ਲੱਗਦਾ 500-700 ਹਜ਼ਾਰ ਬੰਦੇ ਨੂੰ ਪਤਾ ਚੱਲੇਗਾ ਅਤੇ ਫਿਰ ਉਹ ਮਲਟੀਪਲਾਈ ਹੋਣਾ। ਸਾਨੂੰ ਮੈਦਾ ਚੰਗਾ ਲੱਗਦਾ ਹੈ, ਰਾਗੀ ਕਾਲੀ ਹੈ ਜਾਂ ਉਹ ਅਨਾਜ ਕਾਲੇ ਨੇ, ਉਹਨਾਂ ਦਾ ਆਟਾ ਕਾਲਾ ਹੈ, ਰੋਟੀ ਕਾਲੀ, ਅਸੀਂ ਉਹਨੂੰ ਪਰੇ ਕਰ ਦਿੰਦੇ ਹਾਂ। ਗੁੜ ਅਤੇ ਚੀਨੀ, ਗੁੜ ਉਹਦੀ ਸ਼ਕਲ ਨਹੀਂ ਚੰਗੀ ਜੀ, ਇਸ ਕਰਕੇ ਅਸੀਂ ਚੀਨੀ ਨੂੰ ਅਪਣਾਉਂਦੇ ਹਾਂ। makes me feel very proud that the Sikh community has started this. They are giving India how to eat healthy, how to live healthy, how to grow plants. It's very forward thinking and makes me very happy that I belong to this community. ਵੀਰਾਂ ਨੇ ਬੜਾ ਵਧੀਆ ਉਪਰਾਲਾ ਕੀਤਾ ਹੈ। ਕੁਝ ਇੱਕ ਵੀਰ ਕਹਿ ਰਹੇ ਸੀ ਕਿ ਇਹ ਬਲੈਕ ਲੱਡੂ ਜਿਹੜੇ ਹੈਗੇ ਨੇ, ਇਹ ਰਾਗੀ ਕਹਿੰਦੇ ਨੇ, ਇਹਦੇ ਬਹੁਤ ਸਾਰੇ ਵਿਟਾਮਿਨਸ ਵਗੈਰਾ ਨੇ ਕਿ ਬੱਚੇ ਖਾਣਗੇ ਕਿ ਨਹੀਂ ਖਾਣਗੇ, ਪਰ ਮੈਂ ਇਹਨੂੰ ਟੇਸਟ ਕਰਕੇ ਦੇਖਿਆ ਕਿ ਬੜਾ ਵਧੀਆ ਲੱਗਿਆ। ਕਿ ਕੋਧਰਾ ਹੈ ਜਿਹਦੀ ਰੋਟੀ ਭਾਈ ਲਾਲੋ ਨੇ ਗੁਰੂ ਨਾਨਕ ਦੇਵ ਜੀ ਨੂੰ ਅਰਪਣ ਕੀਤੀ ਸੀ, ਜਿਹਦੇ 'ਚੋਂ ਦੁੱਧ ਕੱਢਿਆ ਸੀ ਮਹਾਰਾਜ ਨੇ। ਸੋ ਦਿਸ ਕੋਧਰਾ ਇਜ਼ ਨਾਓ ਆਊਟਡੇਟਿਡ ਐਂਡ ਵੀ ਡੋਂਟ ਸੀ ਇਟ ਐਨੀ ਮੋਰ ਬੀਂਗ ਸਰਵਡ ਇਨ ਲੰਗਰ। ਦਿਸ ਇਜ਼ ਵੈਰੀ ਕਰੂਸ਼ੀਅਲ ਥਿੰਗ ਟੂ ਬੀ ਨੋਟਿਡ। ਇਹ ਸਾਰੇ ਜਿਹੜੇ ਨਿੱਕੇ ਨਿੱਕੇ ਬਾਜਰੇ ਨੇ, ਜਵਾਰ ਹੈ, ਸੀਲ ਹੈ, ਫੋਕਸਟੇਲ ਹੈ ਜਿਹਨੂੰ ਅਸੀਂ ਕੰਗਣੀ ਕਹਿੰਦੇ ਹਾਂ, ਬਾਜਰਾ ਹੈ, ਮਿਕਸ ਰਾਈਸ ਨੇ, ਅਤੇ ਹੋਰ ਜਿਹੜੇ ਪਰਸੋ ਮਿਲਟ ਹੈ, ਇਹ ਸਾਰੀਆਂ ਚੀਜ਼ਾਂ ਹੁਣ ਲੰਗਰ ਵਿੱਚੋਂ ਲੁਪਤ ਹੋ ਚੁੱਕੀਆਂ, ਸਾਡੀ ਜਿਹੜੀ ਹੈ ਰੈਸਿਪੀ ਸਾਡੀ ਕਿਚਨਸ ਵਿੱਚੋਂ ਲੁਪਤ ਹੋ ਚੁੱਕੀਆਂ। ਸੋ ਟੂ ਬ੍ਰਿੰਗ ਦ ਹੈਲਦੀ ਫੂਡ ਬੈਕ, ਵੀ ਆਰ ਡੂਇੰਗ ਦਿਸ ਮਿਲਟ ਲੰਗਰ, ਜਿਹਦੇ ਵਿੱਚ ਖਿਚੜੀ ਅਤੇ ਰਾਗੀ ਦੇ ਲੱਡੂ ਅੱਜ ਸੰਗਤ ਵਿੱਚ ਸਰਾਭਾ ਨਗਰ ਵਿਖੇ ਸਰਵ ਕੀਤੇ ਜਾ ਰਹੇ ਨੇ। ਦ ਮਿਸ਼ਨ ਇਜ਼ ਪੀਪਲ ਵੁੱਡ ਫੀਡ ਹੈਲਦੀ ਫੂਡ ਵਿਚ ਇਜ਼ ਚੀਪਰ, ਬੈਨੀਫਿਸ਼ੀਅਲ ਫੋਰ ਦ ਇਨਵਾਇਰਮੈਂਟ, ਅਤੇ ਕੇਵਲ 20-30% ਪਾਣੀ ਦੇ ਨਾਲ ਹੀ ਇਹ ਬਿਨਾਂ ਪੈਸਟੀਸਾਈਡ, ਬਿਨਾਂ ਫਰਟੀਲਾਈਜ਼ਰ ਤੋਂ ਪੰਜਾਬ ਦੀ ਧਰਤੀ 'ਤੇ ਆਰਾਮ ਨਾਲ ਉਗਾਇਆ ਜਾ ਸਕਦਾ। ਰਾਦਰ ਆਈ ਵੁੱਡ ਸੇ ਇਟ ਇਜ਼ ਮੋਸਟ ਫਿਟ ਫੋਰ ਦ ਪੰਜਾਬ ਲੈਂਡ ਐਂਡ ਦਿਸ ਹੈਜ਼ ਟੂ ਬੀ ਡਨ, ਦਿਸ ਹੈਜ਼ ਟੂ ਬੀ ਪ੍ਰਮੋਟਿਡ ਬਿਕੋਜ਼ ਵੀ ਨੀਡ ਮੋਰ ਫਾਈਬਰ, ਮੋਰ ਪ੍ਰੋਟੀਨ ਇਨ ਆਵਰ ਡਾਇਟ, ਮੋਰ ਕੈਲਸ਼ੀਅਮ ਐਂਡ ਮੋਰ ਆਇਰਨ ਇਨ ਆਵਰ ਡਾਇਟ, ਐਂਡ ਦੀਸ ਥਿੰਗਸ ਆਰ ਫੁੱਲ ਆਫ ਆਇਰਨ, ਐਂਡ ਜਿਹੜੇ ਵੀ ਨਿਊਟ੍ਰੈਂਟ ਸਾਨੂੰ ਚੌਲ ਅਤੇ ਆਪਣਾ ਕਣਕ ਤੋਂ ਮਿਲਦੇ ਆ, ਉਹਨਾਂ ਤੋਂ ਕਿਤੇ ਜ਼ਿਆਦਾ ਸਾਰਾ ਕੁਛ ਇਹਨਾਂ 'ਚ ਮੌਜੂਦ ਹੈ। ਆਓ ਇਹਨਾਂ ਚੀਜ਼ਾਂ ਦੇ ਨਾਲ ਜੁੜੀਏ, ਪੁਰਾਤਨ ਅਨਾਜ ਦੇ ਨਾਲ ਜੁੜੀਏ। ਬਹੁਤ ਬਹੁਤ ਧੰਨਵਾਦ।